ਜਨਤ ਵਿਖੇ ਦੱਸ ਰਹਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਵੀਡੀਓ ਵਿੱਚ ਗੱਲ ਕਰਾਂਗੇ ਦੁਬਲਾ ਪਤਲਾ ਸਰੀਰ ਜਿਨ੍ਹਾਂ ਲੋਕਾਂ ਦਾ ਪਤਲਾ ਸਰੀਰ ਹੁੰਦਾ ਦੁਬਲਾ ਪਤਲਾ ਸਰੀਰ ਹੁੰਦਾ ਹੈ ਉਹਨਾਂ ਦੀ ਬਾਡੀ ਲੈਂਗੁਏਜ ਕੀ ਕਹਿੰਦੀ ਹੈ ਸਭ ਤੋਂ ਪਹਿਲਾਂ ਦੱਸ ਜੀ ਕਿ ਦੁਬਲਾ ਪਤਲਾ ਸਰੀਰ ਜਿਹੜਾ ਹੁੰਦਾ ਹੈ ਛੋਟਾ ਚਿਹਰਾ ਹੁੰਦਾ ਪਤਲੀ ਨੱਕ ਥੋੜੀ ਤਿੱਖੀ ਹੁੰਦੀ ਹੈ ਤੇ ਜਿਹੜਾ ਸੋਮਿਆ ਸੁਗੜ ਮੁਖਾ ਕਰੀਤੇ ਮਤਲਬ ਸੋਣਾ ਚਿਹਰਾ ਕੋਮਲ ਤੇ ਦੁਰਬਲ ਸਰੀਰ ਜੇ ਕਿਸੇ ਵੀ ਬੰਦੇ ਦੇ ਵਿੱਚ ਇਹ ਲੱਛਣ ਜਿਹੜੇ ਦਿਖਾਈ ਦਿੰਦੇ ਜਿਹੜੀ ਤੁਹਾਨੂੰ ਦੱਸੇ ਹਨ ਇਹਦਾ ਮਤਲਬ ਕੀ ਹੈ ਕਿ ਉਹ ਬੰਦਾ ਜਿਆਦਾ ਤਰ ਬੁੱਧੀਮਾਨ ਹੋਵੇਗਾ ਉਹਦਾ ਜਿਹੜਾ ਸੁਭਾਅ ਹੈ ਜੀ ਸਰਲ ਸੁਭਾਅ ਹੁੰਦਾ ਹੈ ਤੇ ਨਾਲ ਹੀ ਨਾਲ ਜਿਹੜੇ ਉਹ ਬੰਦੇ ਹਸਮੁਖ ਹੁੰਦੇ ਹਨ ਦਿਮਾਗ ਜਿਹੜਾ ਇਹਨਾਂ ਲੋਕਾਂ ਦਾ ਬਹੁਤ ਤੇਜ਼ੀ ਦੇ ਨਾਲ ਕੰਮ ਕਰਦਾ ਹੈ ਤੁਸੀਂ ਇਹਨਾਂ ਦੇ ਨਾਲ ਅਗਰ ਕੋਈ ਪ੍ਰਸ਼ਨ ਵੀ ਕਰ ਦਿਓ ਕੁਐਸਚਨ ਕਰ ਦਿਵੇ ਇਹਨਾਂ ਦੇ ਕੋਲ ਤਾਂ ਬਹੁਤ ਜਲਦੀ ਜਿਹੜਾ ਹੈ ਜੀ ਤੁਹਾਨੂੰ ਉੱਤਰ ਦੇ ਦਿੰਦੇ ਹਨ ਬਾਕੀ ਇਹਨਾਂ ਦੇ ਵਿੱਚ ਇੱਕੀ ਜ਼ਰੂਰ ਹੁੰਦੀ ਹੈ ਕਿ ਥੋੜੇ ਜਿਹਾ ਇਹ ਆਲਸੀ ਹੁੰਦੇ ਹਨ ਇੱਥੇ ਆਪਾਂ ਤੁਹਾਨੂੰ ਇਹ ਦੱਸ ਜੀ ਕਿ ਆਪਾਂ ਗੱਲ ਕਰ ਰਹੇ ਹਾਂ ਦੁਬਲੇ ਪਤਲੇ ਸਰੀਰ ਵਾਲੀ ਲੋਕਾਂ ਦੀ ਇਸ ਵੀਡੀਓ ਵਿੱਚ ਸਿਰਫ ਦੁਬਲੇ ਪਤਲੇ ਸਰੀਰ ਜਿਨ੍ਹਾਂ ਦੇ ਹਨ ਉਹਨਾਂ ਦੇ ਬਾਰੇ ਗੱਲ ਕੀਤੀ ਜਾਵੇਗੀ ਅਗਲੀ ਵੀਡੀਓ ਵਿੱਚ ਆਪਾਂ ਜਿਨ੍ਹਾਂ ਦੇ ਵਰਗਾਕਾਰ ਸਰੀਰ ਹਨ ਜਾਂ ਮੋٹے ਸਰੀਰ ਹਨ ਉਹਨਾਂ ਦੇ ਬਾਰੇ ਵੀ ਆਪਾਂ ਨੈਕਸਟ ਵੀਡੀਓ ਵਿੱਚ ਗੱਲ ਕਰਾਂਗੇ ਹੁਣ ਇੱਥੇ ਇੱਕੀ ਤੁਹਾਨੂੰ ਦੱਸ ਦਈਏ ਕਿ ਮਿਲਣ ਅਨਸਾਰ ਜਿਹੜੇ ਇਹ ਲੋਕ ਘੱਟ ਹੁੰਦੇ ਹਨ ਆਲਸੀ ਹੁੰਦੇ ਹਨ ਤੇ ਮਿਲਣ ਅਨਸਾਰ ਜੇ ਆਪਾਂ ਦੇਖੀ ਤਾਂ ਉਹਦੇ ਵਿੱਚ ਕਮੀ ਪਾਈ ਜਾਂਦੀ ਹੈ ਲੋਕਾਂ ਦੇ ਵਿੱਚ ਬਹੁਤਾ ਮਿਲ ਕੇ ਇਹ ਲੋਕ ਖੁਸ਼ ਨਹੀਂ ਹੁੰਦੇ ਜਿਸ ਦੇ ਨਾਲ ਹੁੰਦਾ ਕੀ ਹੈ ਕਿ ਜਿਹੜਾ ਦੋਸਤਾਂ ਦਾ ਦਾਇਰਾ ਇਹਨਾਂ ਲੋਕਾਂ ਦਾ ਘੱਟ ਹੁੰਦਾ ਹੈ ਬਾਕੀ ਜਿਹੜੇ ਇਹਨਾਂ ਨੂੰ ਜਾਣ ਪਛਾਣ ਵਾਲੇ ਲੋਕ ਹੁੰਦੇ ਹਨ ਇਹਨਾਂ ਦੇ ਨਾਲ ਉਨ੍ਹਾਂ ਦੇ ਨਾਲ ਜਿਹੜਾ ਵਿਵਹਾਰ ਇਹਨਾਂ ਦਾ ਹੁੰਦਾ ਹੈ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਪੋਜ਼ਿਟਿਵ ਵਿਵਹਾਰ ਹੁੰਦਾ ਥੋੜਾ ਬਹੁਤ ਰੁੱਖਾਪਨ ਇਹਨਾਂ ਦੇ ਵਿੱਚ ਆ ਸਕਦਾ ਹੈ ਬਾਕੀ ਜੀ ਆਪਾਂ ਕੈਟਾਗਰੀ ਦੀ ਗੱਲ ਕਰੀ ਤੇ ਇਹਨਾਂ ਲੋਕਾਂ ਨੂੰ ਜਿਹੜਾ ਬੁੱਧੀਮਾਨ ਲੋਕਾਂ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਹੈ ਗੱਲਬਾਤ ਦੇ ਵਿੱਚ ਇਹ ਲੋਕ ਬਹੁਤ ਮਾਰ ਹੁੰਦੇ ਹਨ ਲਗਾਤਾਰ ਕਿਸੇ ਦੇ ਨਾਲ ਵੀ ਇਹ ਗੱਲਬਾਤ ਕਰ ਸਕਦੇ ਹਨ ਜੇ ਕੋਈ ਤਰਕ ਵਗੈਰਾ ਜਿੱਥੇ ਕਰਨੇ ਹੋਣ ਜਾਂ ਕਿ ਕਿਸੇ ਚੀਜ਼ ਨੂੰ ਚੈੱਕ ਅਪ ਕਰਨਾ ਹੋਵੇ ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਚੀਜ਼ ਦਾ ਮੁਆਇਨਾ ਕਰਨਾ ਉਲੀ ਵਿੱਚ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇੱਕ ਪ੍ਰਤਿਭਾ ਹੁੰਦੀ ਹੈ। ਬਾਕੀ ਕਿਸੇ ਚੀਜ਼ ਦੀ ਰਿਸਰਚ ਜਾਂ ਦੇ ਆਨ ਵਗੈਰਾ ਵਿੱਚ ਇਹਨਾਂ ਲੋਕਾਂ ਦੀ ਰੁਚੀ ਜ਼ਿਆਦਾ ਹੁੰਦੀ ਹੈ। ਆਮ ਤੌਰ ਤੇ ਜਿਹੜੇ ਇਹੋ ਜਿਹੇ ਲੋਕ ਸੰਵੇਦਨਸ਼ੀਲ ਵੀ ਹੁੰਦੇ ਹਨ। ਦਿਵਸ ਸੁਪਨ ਦ੍ਰਿਸ਼ਟਾ ਵਾਲੇ ਤੇ ਲਚੀਲੇ ਹੁੰਦੇ ਹਨ। ਬਾਕੀ ਅੱਗੇ ਜਾ ਕੇ ਤੁਹਾਨੂੰ ਇੱਕ ਹੋਰ ਚੀਜ਼ ਦੱਸਦੀ ਕਿ ਪਤਲੇ ਲੋਕਾਂ ਦੇ ਵਿੱਚ ਦੁਬਲੇ ਪਤਲੇ ਲੋਕ ਜਿਹੜੇ ਹੁੰਦੇ ਨੇ। ਇਹਨਾਂ ਦੇ ਵਿੱਚ ਜ਼ਿਆਦਾਤਰ ਦੇਖਣ ਦੇ ਵਿੱਚ ਆਏ ਕਿ ਦੋ ਤਰ੍ਹਾਂ ਦੇ ਲੋਕ ਇਹਨਾਂ ਦੇ ਵਿੱਚ ਮਿਲਦੇ ਹਨ। ਜਿਹੜੀ ਇਹਨਾਂ ਦੇ ਵਿੱਚ ਇੱਕ ਕੈਟਾਗਰੀ ਤਾਂ ਬਹੁਤ ਗੰਭੀਰ ਹੁੰਦੀ ਹੈ, ਆਦਰਸ਼ਵਾਦੀ ਹੁੰਦੀ ਹੈ, ਸਿਧਾਂਤ ਇਹਨਾਂ ਨੂੰ ਬਹੁ ਤੇ ਦੂਜਿਆਂ ਦੇ ਨਾਲੇ ਮਿਲਣ ਸਾਥ ਥੋੜਾ ਪ੍ਰੇਮ ਵਗੈਰਾ ਕਰਦੇ ਹਨ ਮਤਲਬ ਵਧੀਆ ਬੋਲਦੇ ਹਨ ਤੇ ਜਿਹੜੀ ਦੂਜੀ ਕੈਟਾਗਰੀ ਦੇ ਵਿੱਚ ਕੁਝ ਲੋਕ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਕਿ ਦੂਜੇ ਦੇ ਨਾਲ ਕਈ ਵਾਰ ਈਰਖਾ ਵਗੈਰਾ ਕਰਦੇ ਨੇ ਆਪਸਰਵਾਦੀ ਹੁੰਦੇ ਹਨ ਜਾਂ ਜਦਾਂ ਕੀ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਨਾਲ ਕੋਈ ਮਾੜਾ ਵੀ ਅਗਰ ਕਰ ਦਿੱਤਾ ਤੇ ਬਹੁਤ ਇਹਨਾਂ ਨੂੰ ਖੋਫ ਨਹੀਂ ਆਉਂਦਾ ਇਸ ਤਰ੍ਹਾਂ ਇਹਦੇ ਵਿੱਚ ਵੀ ਦੋ ਕੈਟਾਗਰੀਆਂ ਆਉਂਦੀਆਂ ਹਨ ਵੀਡੀਓ ਦੇਖੀ ਤਾਂ ਧੰਨਵਾਦ